ਮਾਮਾ ਡੋਮੈਸਟਿਕ ਵਰਕਰ ਹੈਲਪ ਗਰੁੱਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ, ਸਾਡੀ ਵੀਡੀਓ ਨਾਲ ਬਣੇ ਰਹੋ। ਸਭ ਤੋਂ ਪਹਿਲਾਂ ਜੋ ਨਵੀਂ ਲਿਸਟ ਓਵਰਸਟੇ ਮਾਫ ਵਾਲਿਆਂ ਵਾਸਤੇ ਕਿ 19 ਤਰੀਕ ਦੀ ਫਲੈਟ ਹੈ ਉਹਨਾਂ ਦੀ, ਤਾਂ ਸਾਰਿਆਂ ਦੀ ਪੇਮੈਂਟ ਹੋ ਗਈ ਸੀ, 35 ਬੰਦੇ ਉਹਨਾਂ 'ਚ ਪੂਰੇ ਹੋ ਗਏ ਨੇ। ਅਤੇ 23 ਤਰੀਕ ਵਾਲਿਆਂ ਅੱਗੇ ਬੇਨਤੀ ਹੈ ਕਿ ਜਿੰਨੇ ਵੀ ਪੇਮੈਂਟ ਕਰਨੀ ਹੈ, ਕੱਲ੍ਹ ਮੈਂ ਸਤਿਗੁਰੂ ਟਰੈਵਲਰ ਨੇ ਫੋਨ ਕੀਤਾ ਕਿ ਉਹ ਕੱਲ੍ਹ ਹੀ ਦਫ਼ਤਰ ਖੋਲ੍ਹਣਗੇ ਐਤਵਾਰ ਨੂੰ। ਐਤਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਆਪਣੀ ਜੋ ਉੱਥੇ ਜਾ ਕੇ ਪੇਮੈਂਟ ਕਰ ਸਕਦੇ ਹੋ। ਅਤੇ ਪੇਮੈਂਟ ਸੇਮ ਹੈ ਜੀ, ਤਿੰਨਾਂ ਫਲੈਟਾਂ 'ਚ ਤੁਹਾਨੂੰ ਦੱਸਿਆ ਸੀ ਕਿ 31 ਲੱਖ ਜੋ ਪੇਮੈਂਟ ਹੈ ਸੇਮ ਹੈ। 19 ਤਰੀਕ, 23 ਤਰੀਕ ਅਤੇ 26 ਤਰੀਕ ਦੀ ਫਲੈਟ ਹੈ, ਇਹਨਾਂ ਦੀ ਸੇਮ ਪੇਮੈਂਟ ਹੈ। ਅਤੇ ਕੱਲ੍ਹ ਤੁਸੀਂ ਜਦੋਂ ਮਰਜ਼ੀ ਜਾ ਕੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਆਪਣੀ ਪੇਮੈਂਟ ਕਰ ਸਕਦੇ ਹੋ। ਕੱਲ੍ਹ ਨਹੀਂ ਜਾਣਾ, ਪਰਸੋਂ ਜਾ ਸਕਦੇ ਹੋ ਸੋਮਵਾਰ। ਅਤੇ ਆਪਣੀ ਜਲਦੀ ਤੋਂ ਜਲਦੀ 23 ਤਰੀਕ ਫਲੈਟ ਵਾਲਿਆਂ ਪੇਮੈਂਟ ਕਰਨ ਜਾ ਕੇ ਸਤਿਗੁਰੂ ਟਰੈਵਲ ਵਾਲਿਆਂ ਕੋਲ। ਅਤੇ 19 ਤਰੀਕ ਵਾਲੇ ਜੋ ਪੁੱਛ ਰਹੇ ਸਨ ਸਾਨੂੰ ਕਿ ਕਰੋਨਾ ਟੈਸਟ ਕਦੋਂ ਕਰਾਉਣਾ, ਕਰੋਨਾ ਟੈਸਟ ਜੇ 19 ਤਰੀਕ ਦੀ ਫਲੈਟ ਹੈ ਤਾਂ 17 ਤਰੀਕ ਨੂੰ ਕਰਾਉਣਾ ਹੈ ਕਿ ਜਿਹੜਾ ਤੁਹਾਡੇ ਕੋਲ 18 ਤਰੀਕ ਨੂੰ ਰਿਜ਼ਲਟ ਹੱਥ 'ਚ ਹੋਣਾ ਚਾਹੀਦਾ। ਨੈਗੇਟਿਵ ਰਿਜ਼ਲਟ ਆਉਣ ਤੋਂ ਬਾਅਦ ਤੁਸੀਂ ਸਤਿਗੁਰੂ ਟਰੈਵਲ ਵਾਲਿਆਂ ਕੋਲ ਜਾਣਾ, ਉਹਨਾਂ ਨੇ ਤੁਹਾਡਾ ਔਨਲਾਈਨ ਫਾਰਮ ਭਰਨਾ। ਇਹ ਦੋ ਬਹੁਤ ਜ਼ਰੂਰੀ ਚੀਜ਼ਾਂ ਨੇ ਕਿ ਕਰੋਨਾ ਟੈਸਟ 17 ਤਰੀਕ ਨੂੰ ਕਰਾਉਣਾ ਅਤੇ 18 ਤਰੀਕ ਨੂੰ ਔਨਲਾਈਨ ਫਾਰਮ ਤੁਸੀਂ ਭਰਨਾ ਹੈਗਾ। ਇਹ ਯਾਦ ਨਾ, ਬਹੁਤ ਜ਼ਰੂਰੀ ਨੇ, ਅਤੇ ਫਿਰ ਹੀ ਤੁਸੀਂ ਫਲਾਈਟ ਕਰ ਪਾਓਗੇ। ਬਾਕੀ ਮੇਰੇ ਵੀਰ ਇੰਡੀਆ ਤੋਂ ਕੁਛ ਕਾਲ ਆ ਰਹੀਆਂ ਸੀ ਕਿ ਇੰਡੀਆ ਤੋਂ ਫਲੈਟ ਆ ਰਹੀ ਹੈ ਕਿ ਨਹੀਂ। ਤੁਹਾਨੂੰ ਪਿੱਛੇ ਵੀ ਦੱਸਿਆ ਸੀ ਕਿ ਜੋ ਇੰਡੀਆ ਦੇ ਵਿੱਚ ਕਰੋਨਾ ਮਹਾਂਮਾਰੀ ਜੋ ਦੂਸਰੀ ਲਹਿਰ ਚੱਲੀ ਹੈ, ਇਸ ਕਰਕੇ ਜੋ ਇੰਡੀਅਨ ਜੋ ਜਿੰਨੇ ਵੀ ਪਾਸਪੋਰਟ ਜਿਨ੍ਹਾਂ ਕੋਲ ਕਾਮਾ ਹੈ ਨਹੀਂ ਹੈ ਜਾਂ ਟੂਰਿਸਟ ਸਾਰੇ ਜੋ ਇਹਨਾਂ ਨੇ ਬੈਨ ਕਰਤੇ ਨੇ ਇੱਥੇ ਲਵਲਾਨ ਦੇ ਵਿੱਚ, ਇਹ ਕਦੋਂ ਤੱਕ ਖੁੱਲ੍ਹੇਗਾ ਬੈਨ, ਕਿੰਨੇ ਕਦੋਂ ਤੱਕ ਬੈਨ ਹੈ ਕੋਈ ਪਤਾ ਨਹੀਂ। ਹੋ ਸਕਦਾ ਹੈ ਕਿ ਜਦੋਂ ਕਰੋਨਾ ਦੇ ਜੋ ਕੇਸਿਸ ਕਮ ਹੋ ਜਾਣ ਇੰਡੀਆ ਦੇ ਵਿੱਚ, ਤਾਂ ਫਿਰ ਇਹ ਜਦੋਂ ਵੀ ਸਾਡੇ ਕੋਈ ਵੀ ਨਿਊਜ਼ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਤੇ ਹੁਣ ਜੋ ਇੰਡੀਆ ਤੋਂ ਕੋਈ ਵੀ ਬੰਦਾ ਨਹੀਂ ਆ ਸਕਦਾ ਇੱਥੇ, ਇੱਕ ਵਾਰੀ ਲਵਲਾਨ ਤੋਂ ਆਊਟ ਵੀ ਹੋ ਗਿਆ ਤਾਂ ਫਿਰ ਵੀ ਇੰਟਰੀ ਨਹੀਂ ਹੋਏਗੀ ਲਵਲਾਨ ਦੇ ਵਿੱਚ, ਕਿਉਂ ਇੰਡੀਅਨ ਪਾਸਪੋਰਟ ਬੈਨ ਹੈ। ਹਾਂਜੀ, ਮੇਰੇ ਵੀਰਾਂ ਦੇ ਮੈਸੇਜ ਆ ਰਹੇ ਸਨ ਕਿ ਜੋ 30 ਕਿਲੋ ਭਾਰ ਹੈ ਉਹ ਇੱਕ ਬੈਗ 'ਚ ਜਾਂ ਦੋ ਬੈਗ 'ਚ ਕਰ ਸਕਦੇ ਨੇ ਕਿ ਨਹੀਂ। ਹਾਂ, ਦੋ ਬੈਗਾਂ 'ਚ ਤੁਸੀਂ ਕਰ ਸਕਦੇ ਹੋ। ਜਿਹੜਾ 40 ਕਿਲੋ ਭਾਰ ਹੈ, 10 ਕਿਲੋ ਭਾਰ ਤੋਂ ਹੋ ਗਿਆ ਹੈਂਡ ਕੈਰੀ 'ਚ, ਹੈਂਡ 'ਚ ਤੁਸੀਂ ਲੈ ਕੇ ਜਾਣਾ। ਬਾਕੀ 30 ਕਿਲੋ ਭਾਰ ਹੈ ਜੋ ਬੈਗ 'ਚ ਜਮ੍ਹਾਂ ਕਰਾਉਣਾ, ਉਹ ਤੁਸੀਂ ਦੋ ਬੈਗਾਂ 'ਚ ਵੀ ਪਾ ਸਕਦੇ ਹੋ। ਚਾਹੇ 20 ਕਿਲੋ ਜਾਂ 10 ਕਿਲੋ ਕਰ ਲਓ ਜਾਂ 15 ਕਿਲੋ ਜਾਂ 15 ਕਿਲੋ ਕਰ ਲਓ, ਦੋ ਬੈਗਾਂ 'ਚ ਤੁਸੀਂ ਕਰ ਸਕਦੇ ਹੋ। ਸੋ ਸਾਡਾ ਚੈਨਲ ਹੈ, ਇਹਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿ ਤੁਹਾਡੀਆਂ ਜਿਹੜੀਆਂ ਜ਼ਰੂਰੀ ਖਬਰਾਂ ਆਉਂਦੀਆਂ ਨੇ ਇਹ ਤੁਹਾਡੇ ਤੱਕ ਟਾਈਮ ਟੂ ਟਾਈਮ ਅਪਡੇਟ ਹੋਣ, ਅਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਦਬਾਉਣਾ। ਬਾਕੀ ਜੋ ਸਾਡਾ ਨਵਾਂ ਟਿਕਟੋਕ ਚੈਨਲ ਹੈ, ਉਹ ਪਹਿਲਾਂ ਸਾਡਾ ਬੰਦ ਹੋ ਗਿਆ, ਇਹ ਜ਼ਰੂਰ ਫਾਲੋ ਕਰੋ ਕਿ ਸਾਡੀ ਜੋ ਸ਼ਾਰਟ ਖਬਰ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਪੰਮਾ ਕਲੱਬ 2 ਸਰਚ ਕਰਕੇ ਟਿਕਟੋਕ ਨੂੰ ਫਾਲੋ ਕਰੋ। ਅੱਜ ਦੀ ਬਹੁਤ ਜ਼ਰੂਰੀ ਖਬਰ ਹੈ, ਤੁਹਾਨੂੰ ਸਾਰਿਆਂ ਅੱਗੇ ਬੇਨਤੀ ਹੈ ਕਿ ਆਪਣੇ ਵਟਸਐਪ ਗਰੁੱਪਾਂ 'ਚ ਜਾਂ ਆਸ ਪਾਸ ਜਿਹੜੇ ਬੰਦੇ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਇਹ ਮੈਸੇਜ ਪਹੁੰਚਾਓ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।